ਜੀ ਕਿੱਦਾਂ ਸਾਰੇ ਵੀਰ ਭਰਾ, ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਊਂਗੇ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮਲੇਰਕੋਟਲੇ ਦੇ ਵਿੱਚ ਅੱਜ ਵੱਡਾ ਟੂਰਨਾਮੈਂਟ ਚੱਲ ਰਿਹਾ, ਉੱਥੇ ਜੋ ਹੈ ਸੈਮੀਫਾਈਨਲ ਦਾ ਵੱਡਾ ਮੈਚ ਹੋਇਆ। ਮੈਂ ਕਹਿੰਦਾ ਵੀ ਇਸ ਮੈਚ ਨੇ ਜੋ ਹੈ ਦੁਨੀਆ ਖੁਸ਼ ਕੀਤੀ ਆ, ਮਲੇਰਕੋਟਲੇ ਦੇ ਵੱਡੇ ਟੂਰਨਾਮੈਂਟ ਤੋਂ ਇਸ ਮੈਚ ਨੇ ਜੋ ਹੈ ਰੌਣਕ ਵਧਾਈ ਸੀਗੀ। ਮੈਚ ਬਹੁਤ ਤਕੜਾ ਲੱਗਿਆ ਅਤੇ ਦਰਸ਼ਕਾਂ ਨੇ ਬਹੁਤ ਹੁੱਲੇ ਹੁਲਾਰੇ ਲਏ ਇਸ ਮੈਚ 'ਚ, ਬਹੁਤ ਜੋ ਹੈ ਮਨੋਰੰਜਨ ਦਿੱਤਾ ਇਸ ਮੈਚ ਨੇ। ਨਵੇਂ ਪਿੰਡੀਆ ਇੱਕ ਪਾਸੇ ਕਮਲ ਸੀਗਾ, ਯੋਧਾ ਸੁਰਖਪੁਰੀਆ ਸੀ ਅਤੇ ਦੂਜੇ ਪਾਸੇ ਦੜਬੇ ਵਾਲੇ ਸੀਗੇ। ਦੋਨੇ ਜੋ ਹੈ ਮਹਿੰਦਵਾਲ ਅਤੇ ਵੱਡੀਆਂ ਟੀਮਾਂ, ਬਾਕੀ ਜੋ ਹੈ ਲਾਸਟ ਪੁਆਇੰਟ 'ਤੇ ਫਿਰ ਜੋ ਹੈ ਪਹਿਲਾਂ ਵੀ ਮੈਚ ਦਾ ਪਹਿਲਾਂ ਵੀ ਰੌਲਾ ਚੱਲ ਰਿਹਾ ਸੀ, ਫਿਰ ਜੋ ਹੈ ਵੀਰ ਜੋ ਲਿਖਦਾ ਸੀ ਉਹ ਤੋਂ ਜੋ ਹੈ ਲਿਖਣ ਦੇ ਵਿੱਚ ਗਲਤੀ ਹੋ ਗਈ ਸੀਗੀ। ਇਹ ਜੋ ਹੈ ਬਰਾਬਰੀ ਸੀ, ਰੇਡ ਪੈਂਦੀ ਸੀਗੀ ਹਜੇ, ਅਤੇ ਮੈਚ ਜੋ ਹੈ ਪਹਿਲਾਂ ਹੀ ਸਮਾਪਤ ਕਰਤਾ ਸੀਗਾ। ਉਸ 'ਤੇ ਵੀ ਜੋ ਹੈ ਪਹਿਲਾਂ ਵੀ ਜੋ ਹੈ ਕਾਫੀ ਰੌਲਾ ਪਿਆ ਇਸ ਮੈਚ ਦੇ ਵਿੱਚ, ਬਾਕੀ ਲਾਸਟ 'ਤੇ ਫਿਰ ਜਾ ਕੇ ਜੋ ਹੈ ਇਹੀ ਤਾਂ ਨਾ ਇੰਟਰਸਟਿੰਗ ਚੀਜ਼ ਹੁੰਦੀ ਆ ਵੀ ਜਦੋਂ ਮੈਚ ਅੜ ਜਾਂਦਾ ਤਾਂ ਉਹ ਚੀਜ਼ ਵੱਖਰੀ ਹੁੰਦੀ ਆ। ਬਾਕੀ ਬਹੁਤ ਵੀਰ ਕਹਿ ਰਹੇ ਆ ਧੱਕਾ ਹੋਇਆ ਹੈ ਨਾ, ਪਰ ਇਹ ਵੀ ਕਹਿ ਹੋ ਸਕਦਾ ਹੈ ਨਾ, ਰੱਬ ਥੋੜ੍ਹੀ ਆ, ਜੋ ਰੈਫਰੀ ਸਾਹਿਬ ਆ ਉਹ ਕਿਹੜਾ ਰੱਬ ਹੁੰਦੇ ਆ ਨਾ, ਹੋ ਜਾਂਦੀ ਆ ਹਰ ਇੱਕ ਬੰਦੇ ਤੋਂ ਗਲਤੀ ਹੁੰਦੀ ਆ। ਪਰ ਤੁਹਾਨੂੰ ਜੋ ਹੈ ਫਿਰ ਜੋ ਹੈ ਜ਼ਰੂਰ ਦਿਖਾਉਣੇ ਆ ਉਹ ਰੇਡ। ਹੁਣ ਜੋ ਹੈ ਆਹ ਰੇਡ ਨਵੇਂ ਪਿੰਡੀਆ ਕਮਲ ਟੌਪ ਦਾ ਰੇਡਰ ਆ, ਸਾਰੇ ਜਾਣਦੇ ਆ। ਚਾਰ ਜਾਫੀ ਆ ਜੋ ਸਾਹਮਣੇ, ਰੱਜੀ ਭੁੱਲਣ ਵਾਲਾ ਵਿਚਾਰ ਜੋ ਹੈ ਸੱਤੀ ਹੋਣੀ ਆ, ਦੜਬੇ ਵਾਲਾ ਸੱਤੀ ਆ, ਟੌਪ ਦੀ ਸਟੋਪ ਲੈਣ ਸੀ ਸਾਹਮਣੇ ਵੀ, ਅਤੇ ਨਵੇਂ ਪਿੰਡੀਆ ਨੇ ਪਹਿਲਾਂ ਜੋ ਹੈ ਰੱਜੀ ਭੁੱਲਣ ਤੋਂ ਮੁੰਡੇ ਦੇ ਟੱਚ ਲਗਾ ਦਿੱਤਾ ਸੀਗਾ। ਮਣੀ ਧੂੜ ਆ ਬਹੁਤ ਵਧੀਆ ਸੀਨੀਅਰ ਆ, ਕਿਉਂਕਿ ਉਹਨਾਂ ਦੀ ਤਾਂ ਕਬੱਡੀ ਪੜੀ ਹੋਈ ਆ ਨਾ, ਰੱਬ ਤਾਂ ਨਹੀਂ ਕਹਿ ਸਕਦੇ ਆਪਾਂ, ਪਰ ਉਹਨਾਂ ਦੀ ਵੀ ਕਬੱਡੀ ਪੜੀ ਹੋਈ ਆ, ਉਹਨਾਂ ਦੀ ਵੀ ਜੱਜਮੈਂਟ ਆ। ਬਾਕੀ ਫਿਰ ਲਾਈਵ ਸਕਰੀਨ ਦੇ ਵਿੱਚ ਵੀ ਦਿਖਾਇਆ ਗਿਆ ਸੀਗਾ, ਤੁਸੀਂ ਵੀ ਦੱਸ ਸਕਦੇ ਹੋ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਹੈ ਨਾ। ਦੜਬੇ ਵਾਲਿਆਂ ਨੇ ਫਿਰ ਬਾਅਦ ਦੇ ਵਿੱਚ ਮੰਨ ਲਿਆ ਸੀਗਾ, ਫਸਵਾਂ ਮੈਚ ਸੀਗਾ। ਤੁਸੀਂ ਦੇਖਿਓ ਜ਼ਰੂਰ ਇਹ ਮੈਚ, ਤੁਸੀਂ ਵੀ ਖੁਸ਼ ਹੋ ਜਾਓਗੇ ਜਦੋਂ ਤੁਸੀਂ ਮੈਚ ਦੇਖਿਆ, ਬਹੁਤ ਵਧੀਆ ਮੈਚ ਲੱਗਿਆ। ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ, ਸਾਰੇ ਵੀਰ ਇੱਦਾਂ ਨਾ ਕਹੋ ਕਿ ਧੱਕਾ ਹੋਇਆ ਜਾਂ ਇੱਦਾਂ ਹੈ ਨਾ। ਬਾਕੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ, ਕਿਉਂਕਿ ਉੱਥੇ ਵੀ ਦਰਸ਼ਕਾਂ ਨੂੰ ਸਾਰਿਆਂ ਨੂੰ ਪੁੱਛਿਆ ਗਿਆ ਸੀਗਾ, ਲਾਈਵ ਵਾਲੇ ਵੀਰਾਂ ਨੇ ਜੋ ਹੈ ਸਕਰੀਨ ਨਹੀਂ ਸ਼ੋ ਕੀਤੀ ਸੀਗੀ ਰੇਡ ਵਾਲੀ ਇਹ, ਪਰ ਉਹ ਦਰਸ਼ਕ ਜੋ ਉੱਥੇ ਮੌਜੂਦ ਸੀ ਉਹਨਾਂ ਨੂੰ ਜੋ ਹੈ ਸਕੋਰ ਜਾਣੀ ਕਿ ਉਹਨਾਂ ਨੂੰ ਦੱਸੇ ਗਏ ਸੀਗੇ ਵੀ ਕਿਹਦਾ ਪੁਆਇੰਟ ਬਣਦਾ। ਤਾਂ ਬਾਕੀ ਤੁਸੀਂ ਵੀ ਦੱਸ ਸਕਦੇ ਹੋ ਜੇ ਤੁਹਾਨੂੰ ਗਲਤ ਲੱਗਿਆ, ਫਿਰ ਤੁਸੀਂ ਜ਼ਰੂਰ ਦੱਸਿਓ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਨਵੀਂ ਅਪਡੇਟ ਲੈ ਕੇ। ਮੈਚ ਲੱਗਿਆ, ਸਾਰੇ ਸਹੀ ਪੁਆਇੰਟ ਦਿੱਤੇ ਗਏ ਮੇਰੇ ਹਿਸਾਬ ਨਾਲ, ਤੁਸੀਂ ਰੱਬ ਦਾ ਰੂਪ ਸਾਹ ਸੰਗਤ ਜੋ ਲੋਕ ਦਰਸ਼ਕ ਵੀਰ ਜੋ ਕਬੱਡੀ ਨੂੰ ਪਿਆਰ ਕਰਦੇ ਆ ਤੁਸੀਂ ਵੀ ਦੱਸ ਸਕਦੇ ਹੋ। ਵੀਡੀਓ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਲਈ। ਧੰਨਵਾਦ।